ਉਹਨਾਂ ਪਿੱਛੇ ਜੱਗ ਉੱਚੇ ਹੋ ਗਈ, ਉਹਨਾਂ ਪਿੱਛੇ ਜੱਗ ਉੱਚੇ ਹੋ ਗਈ, ਉਹਨਾਂ ਪਿਆ ਸਾਹਿਬਜ਼ਾਦਿਆਂ ਕਰਕੇ ਸਾਡੀ ਪਹਿਚਾਣ ਹੈ। ਮੈਂ ਫਿਰ ਬੇਨਤੀ ਕਰਾਂ, ਮੈਂ ਕੱਲ ਵੀ ਬੇਨਤੀ ਕੀਤੀ ਸੀ ਉਹਨਾਂ ਦੇ ਕਰਕੇ ਅੱਜ ਸਾਡੀ ਆਪਣੀ ਵੱਖਰੀ ਪਹਿਚਾਣ ਹੈ ਦੁਨੀਆ ਦੇ ਨਾਲੋਂ। ਪਿਆਰ ਨਾਲ ਆਖੋ ਸਤਨਾਮ। ਉਹਨਾਂ ਪਿੱਛੇ ਜੱਗ ਪੁੱਛੇ ਪੋ ਗਈ। ਜੇ ਅਸੀਂ ਅੱਜ ਕੁਝ ਖਾ ਰਹੇ ਹਾਂ ਨਾ,
ਸਿਫ ਸਲਾਹ ਦੀ ਖੁਰਾਕ ਅਜਿਹੇ ਬੰਦਿਆਂ ਦੇ ਪੂਰਨਿਆਂ ਤੇ ਪਾਤਸ਼ਾਹ ਕਹਿੰਦੀ ਜਿਨ੍ਹਾਂ ਨੇ ਉਸ ਮਾਲਕ ਦੇ ਹੁਕਮ ਨੂੰ ਸਮਝਿਆ। ਤੇ ਆਓ ਜਿੰਨੀ ਸੰਗਤ ਬੈਠੀ ਹੈ ਨਾ ਮੈਂ ਬੇਨਤੀ ਕਰਾਂ ਅੱਜ ਨਮਸਕਾਰਾਂ ਕਰੀਏ ਐਸੇ ਬਾਬੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਬਦੌਲਤ ਗੁਰੂ ਕੇ ਪਿਆਰੇ ਜੁੜ ਬੈਠੇ ਹਾਂ। ਉੱਚੀ ਆਵਾਜ਼ ਵਿੱਚ ਆਓ ਮਾਲਕ ਦੀ ਬਾਣੀ ਕਹਿੰਦੀ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਅੱਜ ਲੱਖਾਂ ਕਰੋੜਾਂ ਉਹ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਆਪਣਾ ਜੀਵਨ ਬਦਲ ਰਹੇ ਨੇ। ਅੱਜ ਮੈਂ ਫੇਸਬੁੱਕ ਤੇ ਵੇਖ ਰਿਹਾ ਸੀ ਸਿੰਘ ਸਾਹਿਬ ਜੀ ਵੀ ਉਸ ਧਰਤੀ ਤੋਂ ਆਏ ਨੇ ਪਾਵਨ ਧਰਤੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੋਂ ਜੀ ਆਇਆਂ ਨੂੰ। ਦਸਤਾਰਾਂ ਦਾ ਲੰਗਰ ਲੱਗ ਰਿਹਾ ਸੀ, ਲੰਗਰ ਅਸੀਂ ਪ੍ਰਸ਼ਾਦਿਆਂ ਦਾ ਵੇਖਦੇ ਹਾਂ ਨਾ, ਰੋਟੀ ਦਾ ਲੰਗਰ ਵੇਖਦੇ ਹਾਂ, ਕੋਈ ਚਾਵਾਂ ਦਾ ਲੰਗਰ ਵੇਖਦਾ। ਪਰ ਬੜੀ ਖੁਸ਼ੀ ਹੋਈ ਕਿ ਉਸ ਦਰ ਦੇ ਉੱਤੇ ਦਸਤਾਰਾਂ ਦਾ ਲੰਗਰ, ਕਹਿੰਦੇ ਜੇ ਭਾਈ ਤੁਸੀਂ ਆ ਰਹੇ ਹੋ ਨਾ ਸਾਹਿਬਜ਼ਾਦਿਆਂ ਦੇ ਦਰ ਤੇ, ਤੇ ਅਜੀਤ ਜੁਝਾਰ ਬਣ ਕੇ ਆਇਓ, ਪਿਆਰ ਨਾਲ ਆਖੋ ਸਤਨਾਮ। ਮੈਨੂੰ ਬੜੀ ਖੁਸ਼ੀ ਹੋਈ, ਮੈਂ ਐਪਰੀਸ਼ੀਏਟ ਕਰਦਾ ਇਹ ਜੇ ਸਿੱਖਾਂ ਨੂੰ ਜਿਨ੍ਹਾਂ ਦੇ ਅੰਦਰ ਇਹ ਭਾਵਨਾ। ਪਰ ਅਸੀਂ ਲੋਕ ਲੰਗਰ ਲਾਉਂਦੇ ਹਾਂ ਕੇਵਲ ਤੇ ਕੇਵਲ ਦੁਨਿਆਵੀ ਭੋਜਨ ਦਾ। ਗੁਰੂ ਕੇ ਪਿਆਰਿਓ ਉਹ ਵਿਰਲੇ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਕਮਾਇਆ, ਬਣਨਾ ਚਾਹੁੰਦੇ ਨੇ ਸਾਹਿਬਜ਼ਾਦਿਆਂ ਵਰਗੇ। ਤਕਰੀਬਨ ਸੁਣ ਰਿਹਾ ਸੀ ਕਿ ਇੱਕ ਦਿਨ ਦੇ ਵਿੱਚ ਤਕਰੀਬਨ 350-400 ਗੁਰੂ ਕੇ ਪਿਆਰ ਵਾਲੇ ਬੱਚੇ ਉੱਥੇ ਦਸਤਾਰਾਂ ਬਣ ਕੇ ਪ੍ਰਣ ਕੀਤਾ ਕਿ ਅਸੀਂ ਜਦੋਂ ਵੀ ਹੁਣ ਗੁਰੂ ਦੇ ਦਰ ਤੇ ਆਉਣਾ ਹੈ ਨਾ ਹਮੇਸ਼ਾ ਹੀ ਦਸਤਾਰ ਬੰਨ ਕੇ ਆਵਾਂਗੇ। ਪਿਆਰ ਨਾਲ ਆਖੋ ਸਤਨਾਮ। ਹੁਣ ਹੈ ਕਿਹਦੀ ਬਰਕਤ, ਉਹਨਾਂ ਪਿੱਛੇ ਜੱਗ ਪੁੰਚੇ ਭੋ ਗਈ। ਆਓ ਜਿੰਨੀ ਸੰਗਤ ਬੈਠੀ ਹੈ ਉੱਚੀ ਆਵਾਜ਼ ਵਿੱਚ ਸਾਰੇ ਰਲ ਕੇ ਗਾਓ ਅੱਜ ਨਮਸਕਾਰਾਂ ਕਰੀਏ ਕਿ ਸਾਹਿਬਜ਼ਾਦਿਓ ਤੁਹਾਡੀ ਬਦੌਲਤ ਅੱਜ ਅਸੀਂ ਹਾਂ। ਮੇਰੇ ਸਾਹਿਬਜ਼ਾਦਿਓ ਕਿਰਪਾ ਕਰੋ, ਤੁਹਾਡੇ ਵਰਗਾ ਜੀਵਨ ਸਾਡਾ ਬਣ ਜਾਏ ਜੀ। ਉਹਨਾਂ ਪਿੱਛੇ ਜੱਗ ਪੁੰਚੇ ਭੋ ਗਈ,
Thank you.
ਜਦੋਂ ਕੋਈ ਕਮਾਈ ਕਰ ਜਾਂਦਾ ਨਾ, ਉਹਨਾਂ ਦੀ ਕਮਾਈ ਕਈ ਲੱਖਾਂ ਕਰੋੜਾਂ ਖਾਂਦੇ ਨੇ। ਅੱਜ ਉਹਨਾਂ ਦੀ ਯਾਦ ਵਿੱਚ ਜੁੜੇ ਹਾਂ ਤੇ ਮੈਂ ਬੇਨਤੀ ਕਰਾਂ ਝਿਜਕੋ ਨਾ, ਗੁਰਬਾਣੀ ਪੜ੍ਹਨ ਤੋਂ ਹੁਣ ਕਥਾ ਹੋਣੀ ਹੈ ਉਹਨਾਂ ਸਾਹਿਬਜ਼ਾਦਿਆਂ ਨੂੰ ਉਸਦੀ ਯਾਦ ਵਿੱਚ ਸਮਰਪਿਤ। ਤਾਂ ਵੇਖਿਓ ਤੁਸੀਂ, ਤੁਹਾਨੂੰ ਕਥਾ ਵਿੱਚ ਕਿੰਨਾ ਆਨੰਦ ਆਏਗਾ। ਤੁਸੀਂ ਕਥਾ ਇੱਥੇ ਸੁਣੋਗੇ ਤੇ ਪ੍ਰਤੀਤ ਹੋਏਗਾ ਜਿਵੇਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਬੈਠੇ ਹੋ। ਪਿਆਰ ਨਾਲ ਆਖੋ ਸਤਨਾਮ। ਜਦੋਂ ਭਾਵਨਾ ਬਣਾ ਕੇ ਬੈਠੋਗੇ ਤੋ ਆਓ, ਪਹਿਲਾਂ ਮਨ ਨੂੰ ਇਹ ਗੱਲ ਸਮਝਾਈ ਕਿ ਮੇਰੇ ਮਨਾਂ ਤੇਰੀ ਆਪਣੀ ਕੋਈ ਔਕਾਤ ਨਹੀਂ ਹੈ, ਤੇਰੀ ਆਪਣੀ ਕੋਈ ਸ਼ੈ ਨਹੀਂ ਹੈ, ਇਹ ਤਾਂ ਅੱਜ ਉਹਨਾਂ ਕਰਕੇ ਤੂੰ ਹੈ। ਆਓ ਉੱਚੀ ਆਵਾਜ਼ ਵਿੱਚ ਸਾਰੇ ਰਲ ਕੇ ਪੰਕਤੀਆਂ ਪੜੋ ਸਮਾਪਤੀ ਜੀ ਸਮੇਂ ਅਨੁਸਾਰ। ਉਹਨਾਂ ਪਿੱਛੇ ਜਗ ਪਹੁੰਚੇ ਹੋ ਕੀ, ਪੜੋ ਉਹਨਾਂ ਪਿੱਛੇ ਜਗ ਪਹੁੰਚੇ ਹੋ ਗਈ, ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ, ਵਾਹਿਗੁਰੂ ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ। ਹਾਜ਼ਰੀ ਪ੍ਰਵਾਨ ਕਰਿਓ ਸਤਸੰਗਤ ਜੀ, ਭੁੱਲਾਂ ਚੁੱਕਾਂ ਦੇ ਖੇਮਾ